कैनेडा वासियों के जो पैसे कटते हैं कैनेडा पेंशन प्लान के वास्ते वह साल 2022 तो होर ज़्यादा कटिया करेंगे इस बारे ताज़ा जानकारी दसांगे। विक्टोरिया के हस्पताल दे विच कोविड 19 फैलन के मामले सामने आए। ब्रिटिश कोलंबिया ओंटेरियो ते होर सूबे जिथे हुण तक घरां दे किराए नहीं सन वध सकदे जो कानून सी जनवरी 2022 तो हुण किरायां दे विच वाधा होवेगा। हैमिल्टन विच दो पुलिस अधिकारियों दे नाल इक गड्डी दी टक्कर पुलिस अधिकारियों दीआं हड्डियां टुटियां। भारत विच कैनेडा हाई कमिशन ने जानकारी दित्ती वीज़ा एप्लीकेशन सेंटर सोमवार नूं भी रहणगे बंद। विनीपैग दे विच इक इमारत नूं लगी भयानक अग। सब तो पहला जानकारी दसांगे जो कैनेडा पेंशन प्लान दे वास्ते हरेक महीने खर्चा हुंदा है, सालाना खर्चा किन्ना कु वधण जा रहा है इस दे बारे जानकारी देवांगे। साल 2022 दी शुरुआत दे नाल ही कई खर्चे भी वधण जा रहे ने। कैनेडा भर विच साल 2022 दे लई जो महंगाई वधण दे बारे पहलां ही कहा जा रहा सी उस दे विच कई चीज़ां हुणे तो लागू हो गईयां ने जनवरी 1 तों ही। ते इस दे बारे जो कैनेडा सरकार वल्लों जानकारी दित्ती गई कि कैनेडा पेंशन प्लान दे वास्ते भी हर महीने जिन्हां वल्लों अपनी तनखाह दे विचों पैसे कटवाए जांदे ने उस दे विच भी वाधा हो गया जो कि साल 2021 विच ज़्यादातर इंपलॉयर ते इंपलॉई हर महीने तनखाह दे विचों पैसे कटवा ਆਉਣ ਤੋਂ ਬਾਅਦ ਸਾਲਾਨਾ 3166 ਤੱਕ ਦਿੰਦੇ ਸਨ ਸਰਕਾਰ ਨੂੰ ਜੋ ਕਿ ਹੁਣ ਸਾਲ 2022 ਦੇ ਵਿੱਚ ਸਾਲਾਨਾ ਖਰਚਾ 3499 ਤੱਕ ਪਹੁੰਚ ਗਿਆ ਜਿਸ ਦੇ ਵਿੱਚ ਵੱਡਾ ਵਾਧਾ ਹੋਇਆ ਤੇ ਇਸ ਦੇ ਨਾਲ ਹੀ ਜੋ ਸੈਲਫ ਇੰਪਲੋਇਡ ਨੇ ਜੋ ਕਿਸੇ ਦੇ ਅਧੀਨ ਕੰਮ ਨਹੀਂ ਕਰਦੇ ਆਪ ਆਪਣੀ ਕੰਪਨੀ 'ਚ ਕੰਮ ਕਰਦੇ ਨੇ ਉਹਨਾਂ ਦੇ ਲਈ ਜੋ ਜ਼ਿਆਦਾ ਤੋਂ ਜ਼ਿਆਦਾ ਜੋ ਉਹਨਾਂ ਨੂੰ ਹਿੱਸਾ ਪਾਉਣਾ ਪਵੇਗਾ CPP ਦੇ ਵਿੱਚ ਉਹ ਸਾਲਾਨਾ 6999 ਹੋ ਚੁੱਕਿਆ ਜੋ ਕਿ ਪਹਿਲਾਂ 6332 ਤੱਕ ਸੀ ਜਿਸ ਦੇ ਬਾਰੇ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਵਾਧਾ ਜੋ ਹੋਣਾ ਸੀ ਪਹਿਲਾਂ ਤੋਂ ਇਸ ਦੇ ਬਾਰੇ ਦੱਸਿਆ ਗਿਆ ਸੀ ਤੇ ਹਰ ਸਾਲ ਇਸ ਦੇ ਵਿੱਚ ਵਾਧਾ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਜਿੰਨਾ ਵਾਧਾ 2022 ਦੇ ਵਾਸਤੇ ਕੈਨੇਡਾ ਪੈਨਸ਼ਨ ਪਲਾਨ ਵਿੱਚ ਹੋਣ ਦੇ ਬਾਰੇ ਪਲਾਨ ਬਣਾਇਆ ਗਿਆ ਸੀ ਇਹ ਜੋ ਲਾਗੂ ਹੋਇਆ ਉਸ ਦੇ ਨਾਲੋਂ ਜ਼ਿਆਦਾ ਹੈ ਜੋ COVID-19 ਦੇ ਕਰਕੇ ਕੰਮਕਾਰ ਦੇ ਉੱਤੇ ਅਸਰ ਪਿਆ ਉਸ ਦਾ ਨਤੀਜਾ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਮਹਾਂਮਾਰੀ ਦੇ ਦੌਰਾਨ ਨੁਕਸਾਨ ਹੋਇਆ ਉਸ ਤੋਂ ਬਾਅਦ ਜੋ ਵੱਡੇ ਪੱਧਰ ਦੇ ਉੱਤੇ ਕਾਮਿਆਂ ਨੂੰ ਬੈਨੀਫਿਟ ਵੀ ਦਿੱਤੇ ਗਏ ਜਿਸ ਤੋਂ ਬਾਅਦ ਸਾਲ 2022 ਦੇ ਲਈ CPP ਦੇ ਵਿੱਚ ਵੱਡਾ ਵਾਧਾ ਕੀਤਾ ਗਿਆ। ਵਿਕਟੋਰੀਆ ਦੇ ਹਸਪਤਾਲ ਵਿੱਚ COVID-19 ਫੈਲਣ ਦੇ ਮਾਮਲੇ ਸਾਹਮਣੇ ਆਏ ਨੇ ਉਸ ਦੇ ਬਾਰੇ ਦੱਸਾਂਗੇ। ਵਿਕਟੋਰੀਆ ਜਨਰਲ ਹਸਪਤਾਲ ਤੋਂ ਜਾਣਕਾਰੀ ਸਾਹਮਣੇ ਆਈ ਹੈ ਉੱਥੇ COVID-19 ਫੈਲਣ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਜਨਰਲ ਮੈਡੀਸਿਨ ਯੂਨਿਟ ਦੇ ਵਿੱਚ ਚੌਥੀ ਮੰਜ਼ਿਲ ਦੇ ਉੱਤੇ ਦੋ ਕਮਰਿਆਂ ਵਿੱਚ COVID-19 ਫੈਲਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਤੱਕ ਦੋ ਮਰੀਜ਼ਾਂ ਨੂੰ COVID-19 ਤੋਂ ਪੋਜ਼ਿਟਿਵ ਪਾਇਆ ਜਾ ਚੁੱਕਿਆ ਜੋ ਕਿ ਪਹਿਲਾਂ ਕਿਸੇ ਹੋਰ ਬਿਮਾਰੀ ਦੇ ਕਰਕੇ ਹਸਪਤਾਲ ਦੇ ਵਿੱਚ ਸਨ ਪਰ ਹੁਣ ਉਹਨਾਂ ਨੂੰ COVID-19 ਤੋਂ ਵੀ ਪੋਜ਼ਿਟਿਵ ਪਾਇਆ ਗਿਆ ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਹੁਣ ਸਿਰਫ ਜਿਹੜੇ ਕਿ ਜ਼ਰੂਰੀ ਵਿਜ਼ਿਟਰ ਨੇ ਯਾਨੀ ਕਿ ਜਿਹੜੇ ਮਰੀਜ਼ਾਂ ਦੇ ਰਿਸ਼ਤੇਦਾਰ ਜਾਂ ਫਿਰ ਘਰ ਦੇ ਵਿੱਚੋਂ ਆਉਂਦੇ ਨੇ ਕੋਈ ਉਹਨਾਂ ਨੂੰ ਮਿਲਣ ਦੇ ਲਈ ਤਾਂ ਜਿਹੜੇ ਜ਼ਰੂਰੀ ਨੇ ਸਿਰਫ ਉਹਨਾਂ ਨੂੰ ਹੀ ਇਜਾਜ਼ਤ ਹੈ ਕਿ ਉਹਨਾਂ ਨੂੰ ਮਿਲ ਸਕਦੇ ਨੇ ਤੇ ਇਸ ਦੇ ਨਾਲ ਹੀ ਹੋਰ ਵੀ ਟੈਸਟ ਕੀਤੇ ਜਾ ਰਹੇ ਨੇ ਇਸੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਮਾਮਲੇ COVID-19 ਦੇ ਸਾਹਮਣੇ ਆ ਸਕਦੇ ਨੇ ਪਰ ਕੰਟੈਕਟ ਟਰੇਸਿੰਗ ਦਾ ਕੰਮ ਜਾਰੀ ਹੈ ਕਿ ਉਹਨਾਂ ਦੇ ਸੰਪਰਕ ਵਿੱਚ ਜਿਹੜਾ ਵੀ ਵਿਅਕਤੀ ਆਇਆ ਹੋਵੇਗਾ ਉਹਨਾਂ ਸਾਰਿਆਂ ਨੂੰ COVID-19 ਟੈਸਟ ਕਰਵਾਉਣਾ ਪਵੇਗਾ ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਵਿਕਟੋਰੀਆ ਦੇ ਜਨਰਲ ਹਸਪਤਾਲ ਤੋਂ ਮਾਮਲਾ ਸਾਹਮਣੇ ਆਇਆ। ਇਸ ਤੋਂ ਇਲਾਵਾ ਹੋਰ ਕਈ ਹਸਪਤਾਲਾਂ ਵਿੱਚ ਵੀ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ COVID-19 ਦੇ ਮਾਮਲੇ ਫੈਲਣ ਦੇ ਬਾਰੇ ਜਾਣਕਾਰੀ ਲਗਾਤਾਰ ਸਾਹਮਣੇ ਆ ਰਹੀ ਹੈ ਜੋ ਕਿ COVID-19 ਦੇ ਅੰਕੜੇ ਰੋਜ਼ ਦੇ ਮੁਤਾਬਕ ਵੱਡੇ ਪੱਧਰ ਦੇ ਉੱਤੇ ਵਾਧੇ ਹੋਏ ਵੀ ਦਿਖਾਈ ਦੇ ਰਹੇ ਨੇ। ਅੱਗੇ ਜਾਣਕਾਰੀ ਜੋ ਘਰਾਂ ਦੇ ਕਿਰਾਏ ਸਾਲ 2022 ਦੇ ਵਿੱਚ ਯਾਨੀ ਕਿ ਇਸੇ ਮਹੀਨੇ ਤੋਂ ਵਧਣ ਜਾ ਰਹੇ ਨੇ ਉਸ ਦੇ ਬਾਰੇ। ਸਾਲ 2021 ਦੇ ਆਖਰੀ ਮਹੀਨੇ ਤੱਕ ਰੈਂਟ ਫਰੀਜ਼ ਸਨ ਯਾਨੀ ਕਿ ਕਿਰਾਏ ਨਹੀਂ ਸੀ ਵਧਾਏ ਜਾ ਸਕਦੇ ਪਰ ਹੁਣ ਅਜਿਹਾ ਨਹੀਂ ਹੈ। ਸਾਲ 2022 ਦੇ ਜਨਵਰੀ ਮਹੀਨੇ ਤੋਂ ਕਿਰਾਇਆਂ ਵਿੱਚ ਵਾਧਾ ਹੋ ਸਕਦਾ ਹੈ ਤੇ ਇਹ ਮਕਾਨ ਮਾਲਕਾਂ ਦੇ ਉੱਤੇ ਨਿਰਭਰ ਕਰੇਗਾ ਕਿ ਜੇਕਰ ਉਹ ਕਿਰਾਇਆ ਵਧਾਉਣਾ ਚਾਹੁੰਦੇ ਨੇ ਤਾਂ ਉਹ ਵਧਾ ਸਕਦੇ ਨੇ ਜਿਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਵੱਖੋ ਵੱਖਰੇ ਸੂਬੇ ਦੇ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਇਹ ਐਲਾਨ ਹੋਏ ਸਨ। ਓਨਟੈਰੀਓ ਦੇ ਵਿੱਚ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਹੁਣ ਤੱਕ COVID-19 ਦੇ ਕਰਕੇ ਕਿਰਾਏ ਫਰੀਜ਼ ਸਨ ਪਰ ਹੁਣ 2022 ਦੇ ਜਨਵਰੀ ਮਹੀਨੇ ਤੋਂ ਕਿਰਾਏ ਵਧਾਏ ਜਾ ਸਕਦੇ ਨੇ ਜੋ ਓਨਟੈਰੀਓ ਵਿੱਚ 1.2% ਤੱਕ ਕਿਰਾਏ ਵਧਾਏ ਜਾ ਸਕਦੇ ਨੇ। ਇਸ ਦੇ ਵਿੱਚ ਸੀਮਤ ਸੀਮਾ ਹੈ ਅਤੇ ਉਸ ਸੀਮਾ ਤੱਕ ਜਿੰਨਾ ਵੀ ਕਿਰਾਇਆ ਵਧਾਉਣਾ ਹੋਵੇ ਉਹ ਵਧਾਇਆ ਜਾ ਸਕਦਾ ਪਰ ਉਸ ਤੋਂ ਜ਼ਿਆਦਾ ਨਹੀਂ। ਇਸ ਦੇ ਬਾਰੇ ਜੋ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਜਿਸ ਦੇ ਵਿੱਚ ਇਹ ਵੀ ਹੈ ਕਿ ਵੱਖੋ ਵੱਖਰੇ ਸੂਬਿਆਂ ਵਿੱਚ ਜੋ ਕਿਰਾਏ ਨੂੰ ਵਧਾਉਣ ਦੀ ਸੀਮਾ ਹੈ ਉਹ ਵੱਖਰੀ ਹੈ।
हर सूबे विच एह इको जही नहीं है, पर जनवरी महीने तो इस खर्चे दे विच भी वाधा पाया जाएगा। हैमिल्टन विच दो पुलिस अधिकारियों दे नाल गड्डी ने टक्कर मारी जिन्हां दीआं हड्डियां भी टुट गईआं। हैमिल्टन पुलिस ने जानकारी दित्ती है कि पुलिस अधिकारियों ने नवे साल की शाम नूं जो ट्रैफिक स्टॉप लगाया होया सी उस मौके उन्होंने एक गड्डी नूं रोकण की कोशिश की, पर उस गड्डी का ड्राइवर मौके तो फरार होण लग्या, दो पुलिस वालियां नूं टक्कर मार गया। दिसंबर 31 की रात नूं 10:55 का समां सी जदों पुलिस अधिकारियों के वल्लों रिड्यूस इंपेयर ड्राइविंग एवरीवेयर प्रोग्राम के राही ट्रैफिक स्टॉप लगाया गया सी, जो कि क्लेयरमोंट एक्सेस के साउथबाउंड लेनस के विच ਉਹ ਟ੍ਰੈਫਿਕ ਸਟਾਪ ਲਗਾਇਆ ਹੋਇਆ ਸੀ, ਜਿਸ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਇੱਕ SUV ਗੱਡੀ ਜੋ ਗੱਡੀਆਂ ਦੀ ਕਤਾਰ ਸੀ ਉਸ ਦੇ ਵਿੱਚੋਂ ਬਾਹਰ ਆ ਕੇ ਉੱਥੇ ਤੋਂ ਤੇਜ਼ੀ ਨਾਲ ਜਾਣ ਦੀ ਕੋਸ਼ਿਸ਼ ਕਰਦਾ ਹੈ ਉਹ ਡਰਾਈਵਰ, ਜਿਸ ਤੋਂ ਬਾਅਦ ਉਸਨੇ ਦੋ ਪੁਲਿਸ ਵਾਲਿਆਂ ਨੂੰ ਵੀ ਟੱਕਰ ਮਾਰ ਦਿੱਤੀ ਤੇ ਦੋਵੇਂ ਪੁਲਿਸ ਵਾਲੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ, ਪਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਉਹਨਾਂ ਦੀਆਂ ਹੱਡੀਆਂ ਵੀ ਟੁੱਟੀਆਂ ਨੇ, ਇਸ ਦੇ ਬਾਰੇ ਵੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਕੁਝ ਦੇਰ ਬਾਅਦ ਉਹਨਾਂ ਨੇ ਉਹ SUV ਗੱਡੀ ਤਾਂ ਲੱਭ ਲਈ ਜਿਸ ਦੇ ਨਾਲ ਇਹ ਟੱਕਰ ਮਾਰੀ ਗਈ ਸੀ, ਪਰ ਉਹ ਖਾਲੀ ਸੀ। ਪੁਲਿਸ ਅਧਿਕਾਰੀਆਂ ਦੇ ਵੱਲੋਂ ਸ਼ੱਕੀਆਂ ਦੀ ਹਜੇ ਵੀ ਭਾਲ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਕੋਈ ਇਸ ਦੇ ਬਾਰੇ ਜਾਣਕਾਰੀ ਹੋਵੇ ਤਾਂ ਕੋਲੀਜਨ ਰੀਕੰਸਟਰਕਸ਼ਨ ਯੂਨਿਟ ਦੇ ਨਾਲ 905-546-4925 'ਤੇ ਸੰਪਰਕ ਕਰਕੇ ਦੱਸਿਆ ਜਾ ਸਕਦਾ ਹੈ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਜੋ ਜਾਣਕਾਰੀ ਦਿੱਤੀ ਹੈ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਬਾਰੇ, ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਨੇ, ਤਾਂ ਨਾਲ ਹੀ ਜਾਣਕਾਰੀ ਦੱਸੀ ਗਈ ਹੈ ਕਿ ਦਿਨ ਸੋਮਵਾਰ January 3, 2022 ਨੂੰ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਜਿੰਨੇ ਵੀ ਭਾਰਤ ਵਿੱਚੋਂ ਬੰਦ ਰਹਿਣਗੇ, ਜਿਵੇਂ ਕਿ ਨਵੇਂ ਸਾਲ ਮੌਕੇ ਸ਼ਨੀਵਾਰ ਅਤੇ ਐਤਵਾਰ ਹੈ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਤਾਂ ਛੁੱਟੀ ਵੈਸੇ ਹੀ ਹੁੰਦੀ ਹੈ, ਜਿਸ ਕਰਕੇ ਸੋਮਵਾਰ ਨੂੰ ਛੁੱਟੀ ਕੀਤੀ ਜਾ ਰਹੀ ਹੈ ਨਵੇਂ ਸਾਲ ਦੀ, ਅਤੇ 3 January ਨੂੰ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਰਹਿਣ ਵਾਲੇ ਨੇ। ਕੈਨੇਡਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਛੁੱਟੀਆਂ ਨੇ ਕਿ ਸਰਕਾਰੀ ਦਫ਼ਤਰ 3 ਤਰੀਕ ਤੱਕ ਬੰਦ ਰਹਿਣਗੇ, ਜਿਸ ਕਰਕੇ ਇਮੀਗ੍ਰੇਸ਼ਨ ਦੇ ਕੰਮਾਂ ਦੇ ਬਾਰੇ ਵੀ ਜਿਨ੍ਹਾਂ ਦੇ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ, ਫਿਲਹਾਲ 3 ਤਰੀਕ ਤੱਕ ਤਾਂ ਅੱਗੇ ਕੰਮ ਹੋਣੇ ਸੰਭਵ ਨਹੀਂ ਨੇ, ਕਿਉਂਕਿ ਜੋ ਦਫ਼ਤਰ ਨੇ ਉਹ ਬੰਦ ਨੇ ਨਵੇਂ ਸਾਲ ਦੇ ਕਰਕੇ। ਅਤੇ ਇਸ ਦੇ ਨਾਲ ਹੀ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਇਹ ਵੀ ਜਾਣਕਾਰੀ ਪਹਿਲਾਂ ਸਾਂਝੀ ਕੀਤੀ ਹੈ ਕਿ ਕਿਸੇ ਦੇ ਵੱਲੋਂ ਵੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਕਿਸੇ ਦਾ ਵੀਜ਼ਾ ਆ ਜਾਵੇਗਾ ਜਾਂ ਵਰਕ ਪਰਮਿਟ ਆ ਜਾਵੇਗਾ। ਜੇਕਰ ਤੁਹਾਨੂੰ ਕਿਸੇ ਦੇ ਵੱਲੋਂ ਗਰੰਟੀ ਦਿੱਤੇ ਜਾਣ ਦੇ ਨਾਲ ਹੀ ਪੈਸੇ ਮੰਗੇ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ, ਧੋਖਾਧੜੀ ਦੇ ਸ਼ਿਕਾਰ ਹੋਣ ਤੋਂ ਬਚਿਆ ਜਾਵੇ, ਅਜਿਹੇ ਕੰਮ ਵਿੱਚ ਸਾਵਧਾਨੀ ਦੇ ਨਾਲ ਹੀ ਪਿਆ ਜਾਵੇ ਕਿ ਜੇਕਰ ਤੁਹਾਨੂੰ ਕੈਨੇਡਾ ਲਿਆਉਣ ਦੇ ਬਾਰੇ ਕੋਈ ਵੀ ਦਾਅਵਾ ਕਰਦਾ ਹੈ ਅਤੇ ਨਾਲ ਹੀ ਪੈਸੇ ਤੁਹਾਤੋਂ ਮੋਟੀ ਰਕਮ ਮੰਗਦਾ ਹੈ ਤਾਂ ਇਹੋ ਸਕਦਾ ਕਿ ਤੁਹਾਡੇ ਨਾਲ ਧੋਖਾਧੜੀ ਹੋ ਰਹੀ ਹੋਵੇ, ਅਤੇ ਇਸ ਤਰ੍ਹਾਂ ਸਾਵਧਾਨ ਰਹਿਣ ਦੀ ਜ਼ਿਆਦਾ ਲੋੜ ਹੈ। ਵਿਨੀਪੈਗ ਦੇ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ ਦੇ ਬਾਰੇ ਪੁਲਿਸ ਨੇ ਦੱਸਿਆ। ਵਿਨੀਪੈਗ ਦੇ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। 31 December ਦੀ ਰਾਤ ਨੂੰ 8:18 ਦਾ ਸਮਾਂ ਸੀ ਜਦੋਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ 3-ਮੰਜ਼ਿਲਾ ਅਪਾਰਟਮੈਂਟ ਇਮਾਰਤ ਨੂੰ ਅੱਗ ਲੱਗ ਗਈ ਜੋ ਕਿ ਐਲਾਈਸ ਐਵੀਨਿਊ ਤੇ ਸ਼ੇਰਬਰੁੱਕ ਸਟਰੀਟ ਦੇ ਖੂੰਜੇ ਵਿੱਚ ਹੈ। ਜਿਸ ਦੇ ਬਾਰੇ ਵਿਨੀਪੈਗ ਫਾਇਰ ਪੈਰਾਮੈਡਿਕ ਸਰਵਿਸ ਨੇ ਜਾਣਕਾਰੀ ਦਿੱਤੀ ਕਿ ਉਹ ਮੌਕੇ ਦੇ ਉੱਤੇ ਪਹੁੰਚੇ, ਜਿਸ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਕਾਫੀ ਦੇਰ ਉਹਨਾਂ ਨੂੰ ਮੁਸ਼ਕਤ ਕਰਨੀ ਪਈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੇ ਕਰਕੇ ਕਿਸੇ ਵੀ ਵਿਅਕਤੀ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ, ਕੋਈ ਜ਼ਖਮੀ ਵੀ ਨਹੀਂ ਹੋਇਆ, ਕਿਉਂਕਿ ਸਮਾਂ ਰਹਿੰਦਿਆਂ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਸੀ, ਪਰ ਅੱਗ ਦੇ ਕਰਕੇ ਇਮਾਰਤ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਚੁੱਕਿਆ।